ਅੱਜ ਦੀ ਖਬਰ ਹੈ ਕਿ ਇਟਲੀ ਦੇ ਵਿੱਚ ਤਕਰੀਬਨ 800 ਬੰਦਾ ਇੱਕ ਦਿਨ ਦੇ ਵਿੱਚ ਮਾਰਿਆ ਗਿਆ ਹੈ। ਇਸ ਕਦ ਵਿੱਚ ਵੀ ਬਹੁਤ ਫੈਲ ਰਹੀ ਹੈ ਅਤੇ ਹੁਣ ਇੰਡੀਆ ਦੇ ਵਿੱਚ ਹਾਲੇ ਸੈਕਿੰਡ ਫੇਜ਼ ਦੇ ਵਿੱਚ ਪਹੁੰਚੀ ਹੈਗੀ ਹੈ। ਸਟੈਟਿਸਟੀਕਲ ਸਟੱਡੀ ਸਾਰਾ ਇਹਦੇ ਵਿੱਚ ਡੇਟਾ ਬਾਹਰ ਆ ਗਿਆ ਕਿ 2 ਹਫ਼ਤਿਆਂ ਤੱਕ 14 ਦਿਨ ਤੱਕ ਕੋਈ ਬੰਦਾ ਕੋਰੋਨਾ ਵਾਇਰਸ ਉਹਦੇ ਸਰੀਰ 'ਚ ਵੀ ਜੇ ਹੋਏਗਾ ਪਰ ਉਹਨੂੰ ਕੋਈ ਸਿੰਪਟਮਸ ਨਹੀਂ ਹੁੰਦੇ, ਉਹਨੂੰ ਕੋਈ ਪਤਾ ਵੀ ਨਹੀਂ ਲੱਗਦਾ ਕਿ ਉਹਨੂੰ ਬਿਮਾਰੀ ਹੈ ਕਿ ਨਹੀਂ। ਬੰਦੇ ਨੇ ਆ ਕੇ ਤੈਨੂੰ ਡੋਰ ਨੌਬ ਨੂੰ ਟੱਚ ਕਰਨਾ ਹੈ, ਪਾਣੀ ਦੀ ਟੈਪ ਨੂੰ ਹੱਥ ਪਾਉਣਾ ਹੈ, ਜਾਂ ਚੌਰ ਸਾਹਿਬ ਦੀ ਸੇਵਾ ਕਰਨੀ ਹੈ, ਜਾਂ ਕਿਤੇ ਰੇਲਿੰਗ ਨੂੰ ਹੱਥ ਪਾਉਣਾ, ਜਾਂ ਭਾਂਡਿਆਂ ਨੂੰ ਲਾਉਣਾ, ਜਾਂ ਕਿਸੇ ਤੋਂ ਪ੍ਰਸ਼ਾਦ ਲੈਣਾ, ਕਿਸੇ ਨੂੰ ਪ੍ਰਸ਼ਾਦ ਦੇਣਾ। ਇਹ ਸਾਰੇ ਤਰੀਕਿਆਂ ਦੇ ਨਾਲ ਅਸੀਂ ਇਸ ਬਿਮਾਰੀ ਨੂੰ ਹੋਰ ਫੈਲਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ। ਸੋ ਇਸ ਕਰਕੇ ਕੋਈ ਵੀ ਗਰੰਟੀ ਨਹੀਂ ਹੈ ਕਿ ਕੌਣ ਇਸ ਵੇਲੇ ਇਸ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਹੈਗਾ, ਅਤੇ ਇਸ ਕਰਕੇ ਜਿੰਨੇ ਜ਼ਿਆਦਾ ਲੋਕ ਇੱਕ ਦੂਜੇ ਦੇ ਨੇੜੇ ਆਉਣਗੇ ਉਨਾ ਹੀ ਇਹ ਵਾਇਰਸ ਜਿਹੜਾ ਹੈਗਾ ਬਹੁਤ ਛੇਤੀ ਤਾਦਾਦ ਦੇ ਵਿੱਚ ਲੋਕਾਂ ਦੇ ਵਿੱਚ ਵਧੇਗਾ। ਦੁਨੀਆ ਦਾ ਸਭ ਤੋਂ ਜਿਹੜਾ ਪਾਵਰਫੁਲ ਦੇਸ਼ ਹੈ ਅਮਰੀਕਾ ਦੇ ਵਿੱਚ ਇਸ ਵੇਲੇ ਇੱਥੇ ਵੀ ਮਾਸਕਸ ਦੀ ਕਮੀ ਆ ਗਈ ਹੈ, ਵੈਂਟੀਲੇਟਰਸ ਦੀ ਕਮੀ ਆ ਗਈ ਹੈ, ਅਤੇ ਇੱਥੇ ਹੋਸਪਿਟਲਸ ਦੇ ਵਿੱਚ ਉਨਾ ਸਮਾਨ ਹੀ ਨਹੀਂ ਹੈਗਾ। ਹਿੰਦੁਸਤਾਨ ਦੇ ਚੰਗੇ ਚੰਗੇ ਪੜ੍ਹੇ ਲਿਖੇ ਬੰਦਿਆਂ ਨੇ ਆ ਕੇ ਉੱਥੇ ਇਹ ਟਿੱਪਣੀਆਂ ਕੀਤੀਆਂ ਨੇ ਕਿ ਜੀ ਇਹ ਤਾਂ ਵੈਸਟ ਦੀ ਕਾਰਡ ਹੈ ਜੀ, ਇਹ ਤਾਂ ਐਵੇਂ ਹਊਆ ਬਣਾਇਆ ਜੀ, ਇਹ ਤਾਂ ਵਾਇਰਸ ਹਰ ਸਾਲ ਇੱਦਾਂ ਦੇ ਆਉਂਦੇ ਨੇ, ਬਿਮਾਰੀਆਂ ਹੁੰਦੀਆਂ ਨੇ। ਇਹਦੇ ਉੱਤੇ ਵਾਰ ਵਾਰ ਇਹ ਗੱਲ ਨੂੰ ਵਾਰਨ ਕੀਤਾ ਕਿ ਇਹ ਬਿਮਾਰੀ ਬਹੁਤ ਜ਼ਿਆਦਾ ਭਿਆਨਕ ਹੈਗੀ ਹੈ। ਵੀਰੋ ਅਤੇ ਭੈਣੋ, ਜਿਹੜੀ ਸਟੱਡੀ ਹੈ ਇਸ ਵੇਲੇ ਚਾਈਨਾ ਤੋਂ ਆਈ ਹੈ, ਸਾਊਥ ਕੋਰੀਆ ਤੋਂ ਆਈ ਹੈ, ਹੋਰ ਇਟਲੀ ਤੋਂ ਵੀ ਜਿਹੜਾ ਪਤਾ ਲੱਗ ਰਿਹਾ ਕਿ ਇਹ ਜਿਹੜਾ ਵਾਇਰਸ ਹੈ ਕੋਰੋਨਾ ਵਾਇਰਸ, ਇਹ 3 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਕੈਨੇਡਾ ਦੇ ਜਿਹੜਾ ਪ੍ਰਾਈਮ ਮਿਨਿਸਟਰ ਉਹਦੀ ਵਾਈਫ ਨੂੰ ਇਹ ਹੋ ਗਿਆ ਹੈਗਾ, ਅਤੇ ਅਮੈਰੀਕਾ ਦੇ ਵਾਈਸ ਪ੍ਰੈਸੀਡੈਂਟ ਦੇ ਸਟਾਫ ਮੈਂਬਰ ਨੂੰ ਇਹ ਹੋ ਗਿਆ ਹੈਗਾ। ਅਸੀਂ ਇਹ ਸੋਚ ਲਈਏ ਕਿ ਜੀ 65 ਸਾਲ ਤੋਂ ਉੱਪਰ ਦੇ ਬੰਦਿਆਂ ਨੂੰ ਸਿਰਫ ਬਿਮਾਰੀ ਹੁੰਦੀ ਹੈ, ਇਹ ਵੀ ਸਾਡੀ ਇੱਕ ਗਲਤ ਧਾਰਨਾ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੋ ਅਤੇ ਭਰਾਵੋ, ਕੋਰੋਨਾ ਵਾਇਰਸ ਦਾ ਇਸ ਵੇਲੇ ਜੋ ਹਰ ਪਾਸੇ ਇੱਕ ਡਰ ਵੀ ਹੈ, ਸਹਿਮ ਵੀ ਹੈ, ਅਤੇ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ ਵੀ ਇਹ ਬਿਮਾਰੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਤਰ੍ਹਾਂ ਕਿ ਹੁਣ ਪਤਾ ਕਿ ਇਸ ਵੇਲੇ 140 ਕੰਟਰੀਜ਼ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਹੈ, ਅਤੇ ਤਕਰੀਬਨ 2.5 ਲੱਖ ਤੋਂ ਵੱਧ ਲੋਕ ਹੀ ਇਹਦੇ ਨਾਲ ਪੀੜਿਤ ਹੋ ਚੁੱਕੇ ਨੇ, ਅਤੇ ਕਈ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਰਹੀ ਹੈ। ਅੱਜ ਦੀ ਖਬਰ ਹੈ ਕਿ ਇਟਲੀ ਦੇ ਵਿੱਚ ਤਕਰੀਬਨ 800 ਬੰਦਾ ਇੱਕ ਦਿਨ ਦੇ ਵਿੱਚ ਮਾਰਿਆ ਗਿਆ ਇਸ ਡਿਜ਼ੀਜ਼ ਦੇ ਕਾਰਨ, ਅਤੇ ਇਹ ਡਿਜ਼ੀਜ਼ ਅਮੈਰੀਕਾ ਦੇ ਵਿੱਚ ਵੀ ਬਹੁਤ ਫੈਲ ਰਹੀ ਹੈ ਅਤੇ ਹੁਣ ਇੰਡੀਆ ਦੇ ਵਿੱਚ ਹਾਲੇ ਸੈਕਿੰਡ ਫੇਜ਼ ਦੇ ਵਿੱਚ ਪਹੁੰਚੀ ਹੈਗੀ ਹੈ। ਸੋ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਜਦੋਂ ਅਸੀਂ ਇਹ ਸੁਣਨ ਨੂੰ ਸਾਨੂੰ ਮਿਲ ਰਿਹਾ ਹੈ ਕਿ ਦਰਬਾਰ ਸਾਹਿਬ ਜਾਂ ਹੋਰ ਜਿਹੜੇ ਗੁਰਦੁਆਰਾ ਸਾਹਿਬ ਜਿੱਥੇ ਕਿ ਸੰਗਤ ਕਾਫੀ ਵੱਡੀ ਤਾਦਾਦ ਦੇ ਵਿੱਚ ਜਾਂਦੀ ਹੈ, ਉਹਨਾਂ ਨੂੰ ਹਲੇ ਖੁੱਲ੍ਹਿਆ ਰੱਖਿਆ ਜਾ ਰਿਹਾ ਅਤੇ ਸੰਗਤਾਂ ਨੂੰ ਕਿਸੇ ਪਾਸੋਂ ਵੀ ਉਹਨਾਂ ਨੂੰ ਰੋਕ ਟੋਕ ਨਹੀਂ ਕੀਤੀ ਜਾ ਰਹੀ। ਮੇਰੀ ਹੱਥ ਜੋੜ ਕੇ ਅਪੀਲ ਹੈ, ਜਿਹੜੇ ਵੀ ਪ੍ਰਬੰਧਕ ਨੇ, ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਭਾਵਾਂ ਇੰਡੀਆ ਦੇ ਵਿੱਚੋਂ ਜਾਂ ਬਾਹਰ ਹੋ, ਇਸ ਵੇਲੇ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੀ ਸੰਗਤ ਦਾ ਮੈਂਬਰ ਆਉਂਦਾ ਹੈਗਾ, ਤੁਹਾਡੇ ਕੋਲ ਕੋਈ ਤਰੀਕਾ ਨਹੀਂ ਹੈ, ਮਾਪਦੰਡ ਨਹੀਂ ਹੈ ਕਿ ਇਹ ਦੇਖ ਸਕੋ ਕਿ ਉਸਨੂੰ ਇਹ ਜਿਹੜੀ ਹੈ ਕੋਰੋਨਾ ਵਾਇਰਸ ਦੇ ਨਾਲ ਉਹਦਾ ਸੰਪਰਕ ਹੋਇਆ ਹੈ ਕਿ ਨਹੀਂ ਹੋਇਆ, ਕਿਉਂਕਿ ਇਹ ਵੀ ਸਟੈਟਿਸਟੀਕਲ ਸਟੱਡੀ ਸਾਰਾ ਇਹਦੇ ਵਿੱਚ ਡੇਟਾ ਬਾਹਰ ਆ ਗਿਆ ਕਿ 2 ਹਫ਼ਤਿਆਂ ਤੱਕ 14 ਦਿਨ ਤੱਕ ਕੋਈ ਬੰਦਾ
ਕੋਰੋਨਾ ਵਾਇਰਸ ਉਹਦੇ ਸਰੀਰ 'ਚ ਵੀ ਜੀ ਹੋਏਗਾ ਪਰ ਉਹਨੂੰ ਕੋਈ ਸਿੰਪਟਮਸ ਨਹੀਂ ਹੁੰਦੇ, ਉਹਨੂੰ ਕੋਈ ਪਤਾ ਵੀ ਨਹੀਂ ਲੱਗਦਾ ਕਿ ਉਹਨੂੰ ਬਿਮਾਰੀ ਹੈ ਕਿ ਨਹੀਂ ਹੈ। ਸੋ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਜਿਹੜਾ ਤੌਰ ਤਰੀਕਾ ਲੱਭ ਰਹੇ ਹਾਂ ਕਿ ਜੀ ਜਿਹੜਾ ਕੋਈ ਬੰਦਾ ਆਊਗਾ ਅਸੀਂ ਉਹਨੂੰ ਸਪਰੇਅ ਕਰ ਦਾਂਗੇ, ਜਾਂ ਅਸੀਂ ਜੀ ਟੈਂਪਰੇਚਰ ਚੈੱਕ ਕਰ ਲਾਂਗੇ, ਜਾਂ ਅਸੀਂ ਉੱਥੇ ਇੱਕ ਬੰਦਾ ਬਿਠਾ ਦਾਂਗੇ ਕਿ ਜਦੋਂ ਕੋਈ ਡੋਰ ਨੋਬ ਫੜ ਰਿਹਾ ਜੀ ਹਰ ਘੰਟੇ ਬਾਅਦ ਸਫਾਈ ਕਰਾਂਗੇ। ਹਰ ਘੰਟੇ ਬਾਅਦ ਸਫਾਈ ਕਰਨ ਦੇ ਬਾਅਦ ਵੀ ਕਿਸੇ ਵੀ ਥਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਹਰ 5-7 ਮਿੰਟ ਬਾਅਦ ਜਿਹੜੇ ਵੀ ਬੰਦੇ ਕਿਸੇ ਨੇ ਆਉਣਾ ਹੈਗਾ ਉਹਨੇ ਨਵੇਂ ਬੰਦੇ ਨੇ ਆ ਕੇ ਜਦੋਂ ਡੋਰ ਨੋਬ ਨੂੰ ਟੱਚ ਕਰਨਾ ਹੈ, ਪਾਣੀ ਦੀ ਟੈਪ ਨੂੰ ਹੱਥ ਪਾਉਣਾ ਹੈ, ਜਾਂ ਚੌਰ ਸਾਹਿਬ ਦੀ ਸੇਵਾ ਕਰਨੀ ਹੈ, ਜਾਂ ਕਿਤੇ ਰੇਲਿੰਗ ਨੂੰ ਹੱਥ ਪਾਉਣਾ, ਜਾਂ ਭਾਂਡਿਆਂ ਨੂੰ ਲਾਉਣਾ, ਜਾਂ ਕਿਸੇ ਤੋਂ ਪ੍ਰਸ਼ਾਦ ਲੈਣਾ, ਕਿਸੇ ਨੂੰ ਪ੍ਰਸ਼ਾਦ ਦੇਣਾ, ਇਹ ਸਾਰੇ ਤਰੀਕਿਆਂ ਦੇ ਨਾਲ ਅਸੀਂ ਇਸ ਬਿਮਾਰੀ ਨੂੰ ਹੋਰ ਫੈਲਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ। ਸੋ ਇਸ ਕਰਕੇ ਕੋਈ ਵੀ ਗਰੰਟੀ ਨਹੀਂ ਹੈ ਕਿ ਕੌਣ ਇਸ ਵੇਲੇ ਇਸ ਕੋਰੋਨਾ ਵਾਇਰਸ ਦੇ ਨਾਲ ਪੀੜਿਤ ਹੈਗਾ, ਅਤੇ ਇਸ ਕਰਕੇ ਜਿੰਨੇ ਜ਼ਿਆਦਾ ਲੋਕ ਇੱਕ ਦੂਜੇ ਦੇ ਨੇੜੇ ਆਉਣਗੇ ਉਨਾ ਹੀ ਇਹ ਵਾਇਰਸ ਜਿਹੜਾ ਹੈਗਾ ਬਹੁਤ ਛੇਤੀ ਤਾਦਾਦ ਦੇ ਵਿੱਚ ਲੋਕਾਂ ਦੇ ਵਿੱਚ ਵਧੇਗਾ। ਅਤੇ ਇਹ ਸਾਨੂੰ ਜਾਣ ਲੈਣਾ ਚਾਹੀਦਾ ਕਿ ਇਸ ਵੇਲੇ ਦੁਨੀਆ ਦਾ ਸਭ ਤੋਂ ਜਿਹੜਾ ਪਾਵਰਫੁੱਲ ਦੇਸ਼ ਹੈ ਅਮਰੀਕਾ ਦੇ ਵਿੱਚ, ਇਸ ਵੇਲੇ ਇੱਥੇ ਵੀ ਮਾਸਕਸ ਦੀ ਕਮੀ ਆ ਗਈ ਹੈ, ਵੈਂਟੀਲੇਟਰਸ ਦੀ ਕਮੀ ਆ ਗਈ ਹੈ, ਅਤੇ ਇੱਥੇ ਹੋਸਪਿਟਲਸ ਦੇ ਵਿੱਚ ਉਨਾ ਸਮਾਨ ਹੀ ਨਹੀਂ ਹੈਗਾ ਕਿ ਇਹਨਾਂ ਜਿਹੜੇ ਇਸ ਵੇਲੇ ਇੱਦਾਂ ਦੇ ਜਿਹੜੇ ਪੇਸ਼ੈਂਟਸ ਆ ਰਹੇ ਨੇ ਹੋਸਪਿਟਲਸ ਦੇ ਵਿੱਚ ਉਹਨਾਂ ਨੂੰ ਟ੍ਰੀਟ ਕੀਤਾ ਜਾ ਸਕੇ। ਸੋ ਮੈਂ ਆਪ ਡੈਂਟਿਸਟ ਹਾਂ, ਮੇਰੇ ਆਪਣੇ ਆਫਿਸਿਸ ਨੂੰ ਅਸੀਂ ਕਲੋਜ਼ ਕੀਤਾ ਹੈਗਾ ਤਾਂ ਕਿ ਜਿਹੜੇ ਸਾਡੇ ਪੇਸ਼ੈਂਟਸ ਨੇ ਜਾਂ ਸਾਡੇ ਹੈਲਥ ਵਰਕਰਸ ਨੇ ਉਹਨਾਂ ਨੂੰ ਇਸ ਬਿਮਾਰੀ ਦੇ ਨਾਲ ਕਿਸੇ ਤਰੀਕੇ ਦਾ ਸੰਪਰਕ ਨਾ ਹੋਵੇ। ਸੋ ਇਸ ਕਰਕੇ ਵੀਰੋ ਅਤੇ ਭੈਣੋ, ਆਪਾਂ ਗੁਰੂ ਸਾਹਿਬ ਜੀ ਦੀ ਇੱਕ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਜੀ ਤੋਂ ਕਹਿੰਦੀ ਹੈ, ਅਕਲੀ ਸਾਹਿਬ ਸੇਵੀਐ ਅਕਲੀ ਪਾਈਏ ਮਾਨ, ਕਿ ਅਕਲ ਦੇ ਨਾਲ ਇੰਟੈਲੀਜੈਂਸ ਵਰਤਦਿਆਂ ਹੋਇਆਂ ਵੀ ਅਸੀਂ ਆਪਣੇ ਜਿਹੜਾ ਸਾਡਾ ਅਧਿਆਤਮਕ ਸੰਪਰਕ ਹੈ ਪਰਮਾਤਮਾ ਦੇ ਨਾਲ, ਸਾਡੇ ਆਪਣੇ ਵਾਹਿਗੁਰੂ ਦੇ ਨਾਲ, ਉਹਦੇ ਵਿੱਚ ਵੀ ਅਸੀਂ ਅਕਲ ਜ਼ਰੂਰ ਵਰਤਣੀ, ਉਹਦੇ ਵਿੱਚ ਵੀ ਇੱਕ ਇੰਟੈਲੀਜੈਂਟ ਤਰੀਕੇ ਦੇ ਨਾਲ ਆਪਣਾ ਜਿਹੜਾ ਕਾਰ ਵਿਹਾਰ ਕਰਨਾ ਹੈ ਤਾਂ ਕਿ ਅਸੀਂ ਦੂਸਰਿਆਂ ਨੂੰ ਕਿਸੇ ਨੂੰ ਨੁਕਸਾਨ ਨਾ ਪਹੁੰਚਾਈਏ। ਸੋ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਸਾਨੂੰ। ਦੂਜੀ ਗੱਲ ਮੈਂ ਜਿਹੜੀ ਬੇਨਤੀ ਕਰਨੀ ਚਾਹਾਂਗਾ ਕਿ ਕਈ TV ਸ਼ੋਜ਼ ਦੇ ਉੱਤੇ ਆ ਕੇ ਕਈ ਹਿੰਦੁਸਤਾਨ ਦੇ ਚੰਗੇ ਚੰਗੇ ਪੜ੍ਹੇ ਲਿਖੇ ਬੰਦਿਆਂ ਨੇ ਆ ਕੇ ਉੱਥੇ ਇਹ ਟਿੱਪਣੀਆਂ ਕੀਤੀਆਂ ਨੇ ਕਿ ਜੀ ਇਹ ਤਾਂ ਵੈਸਟ ਦੀ ਕਾਰਡ ਹੈ ਜੀ, ਇਹ ਤਾਂ ਐਵੇਂ ਹਊਆ ਬਣਾਇਆ ਜੀ, ਇਹ ਤਾਂ ਵਾਇਰਸ ਹਰ ਸਾਲ ਇੱਦਾਂ ਦੇ ਆਉਂਦੇ ਨੇ, ਬਿਮਾਰੀਆਂ ਹੁੰਦੀਆਂ ਨੇ, ਕੋਈ ਇਹ ਵੱਡੀ ਗੱਲ ਨਹੀਂ ਹੈ। ਇਹ ਵੀਰੋ ਅਤੇ ਭੈਣੋ, ਇੱਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਕਰੋ, ਇਹਦੇ ਨਾਲ ਹੋਰ ਨੁਕਸਾਨ ਹੋਣਾ, ਕਿਉਂਕਿ ਲੋਕ ਜਿਹੜੇ ਨੇ ਜਦੋਂ ਕਿਸੇ ਡਾਕਟਰ ਦੇ ਕਹੀ ਹੋਈ ਗੱਲ ਨੂੰ ਜਦੋਂ ਸੁਣਦੇ ਨੇ ਤਾਂ ਉਹਦਾ ਬਹੁਤ ਗਹਿਰਾ ਮਾੜਾ ਅਸਰ ਪੈਂਦਾ ਹੈਗਾ। ਅਤੇ ਲੋਕ ਜਿਹੜੇ ਨੇ ਆਮ ਜਿਸ ਤਰ੍ਹਾਂ ਕੋਈ ਚੱਲ ਰਹੀ ਹੈ ਸਿਚੁਏਸ਼ਨ ਉਹਦੇ ਵਿੱਚ ਪਾਰਟੀਸਪੇਟ ਕਰਦੇ ਨੇ, ਉਹਦੇ ਨਾਲ ਸਾਰੀ ਦੁਨੀਆ ਨੂੰ ਨੁਕਸਾਨ ਹੋਰ ਪਹੁੰਚੇਗਾ, ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਸਾਰੇ ਪਾਸੇ ਇਸ ਵੇਲੇ ਜਿਹੜੇ ਕਿੰਨੇ ਡਾਕਟਰਸ ਨੇ ਜਿਹੜੇ ਅਮੈਰੀਕਾ ਦੇ ਵਿੱਚ, ਸਾਡੇ ਸਿੱਖ ਭੈਣ ਭਰਾ ਨੇ ਅਮੈਰੀਕਾ ਦੇ ਵਿੱਚ, UK ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਨੇ ਆ ਕੇ ਬਿਆਨ ਦਿੱਤੇ ਨੇ TV ਦੇ ਉੱਤੇ, ਵਾਰ ਵਾਰ ਇਹ ਗੱਲ ਨੂੰ ਵਾਰਨ ਕੀਤਾ ਕਿ ਇਹ ਬਿਮਾਰੀ ਬਹੁਤ ਜ਼ਿਆਦਾ ਭਿਆਨਕ ਹੈਗੀ ਹੈ। ਵੀਰੋ ਅਤੇ ਭੈਣੋ, ਜਿਹੜੀ ਸਟੱਡੀ ਇਸ ਵੇਲੇ ਚਾਈਨਾ ਤੋਂ ਆਈ ਹੈ, ਸਾਊਥ ਕੋਰੀਆ ਤੋਂ ਆਈ ਹੈ, ਹੋਰ ਇਟਲੀ ਤੋਂ ਵੀ ਜਿਹੜਾ ਪਤਾ ਲੱਗ ਰਿਹਾ ਕਿ ਇਹ ਜਿਹੜਾ ਵਾਇਰਸ ਹੈ ਕੋਰੋਨਾ ਵਾਇਰਸ, ਇਹ 3 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ ਦੂਜੇ ਜਿਹੜੇ ਵੀ ਫਲੂ ਦੇ ਵਾਇਰਸ ਹਰ ਸਾਲ ਜਿਹੜੇ ਫੈਲਦੇ ਨੇ। ਇਹਦੀ ਜਿਹੜੀ ਫੈਲਣ ਦਾ ਜਿਹੜਾ ਇਹਦਾ ਰੇਟ ਹੈ ਉਹ ਬਹੁਤ ਫਾਸਟ ਹੈਗਾ। ਇਹ ਮਾਰ ਹੈਗੀ ਹੈ, ਇਹ ਬਹੁਤ ਭਿਆਨਕ ਹੈਗੀ ਹੈ, ਕਿਉਂਕਿ ਇਹ ਸਿੱਧਾ ਜਾ ਕੇ ਫੇਫੜਿਆਂ ਨੂੰ ਅਟੈਕ ਕਰਕੇ ਉਹਦੇ ਵਿੱਚ ਜਿਹੜੀ ਸਾਹ ਲੈਣ ਦੀ ਵੀ ਐਬਿਲਿਟੀ ਖਤਮ ਹੋ ਜਾਂਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖੀਏ। ਹੁਣ ਦੇਖੋ ਵੀ ਕੈਨੇਡਾ ਦੀ ਜਿਹੜੀ ਕੈਨੇਡਾ ਦੇ ਜਿਹੜਾ ਪ੍ਰਾਈਮ ਮਿਨਿਸਟਰ ਉਹਦੀ ਵਾਈਫ ਨੂੰ ਇਹ ਹੋ ਗਿਆ ਹੈਗਾ,
ਤੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਸਟਾਫ ਮੈਂਬਰ ਨੂੰ ਇਹ ਹੋ ਗਿਆ ਹੈਗਾ। ਸੋ ਇਹ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਵੱਡੀਆਂ ਸ਼ਕਤੀਸ਼ਾਲੀ ਪੋਜੀਸ਼ਨਸ ਉੱਤੇ ਬੰਦੇ ਰਹਿ ਰਹੇ, ਉਹਨਾਂ ਦੇ ਜਿਹੜੇ ਨੇੜੇ ਵਾਲੇ ਲੋਕਾਂ ਨੂੰ ਵੀ ਇਹ ਟੱਚ ਕਰ ਰਿਹਾ। ਸੋ ਜਿਹੜਾ ਆਮ ਇੱਕ ਬੰਦਾ ਹੈਗਾ ਜਿਹਦੇ ਕੋਲ ਕੋਈ ਤਰੀਕਾ ਹੀ ਨਹੀਂ ਹੈ ਆਪਣੇ ਆਪ ਨੂੰ ਬਚਾਉਣ ਦਾ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਊਗਾ ਇਸ ਤਰੀਕੇ ਦੇ ਇਸ ਵਾਇਰਸ ਤੋਂ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਿਆ ਕਰੀਏ ਜਦੋਂ ਅਸੀਂ ਇਹ ਟਿੱਪਣੀਆਂ ਦਿੰਦੇ ਹਾਂ। ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਦੋਂ ਲੋਕ ਸੁਣਦੇ ਨੇ, ਉਹਨਾਂ ਨੂੰ ਗਲਤ ਮੈਸੇਜ ਜਾਂਦਾ ਹੈ। ਅਤੇ ਜਿਹੜੀ ਹੋਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਆਪ ਸਾਰਿਆਂ ਨੂੰ ਜਾਣਨ ਦੀ ਲੋੜ ਹੈ ਕਿ ਚਾਈਨਾ ਦੀ ਸਟਾਰੀ ਸਟੱਡੀ ਤੋਂ ਇਹ ਪਤਾ ਲੱਗਿਆ ਕਿ 5 ਬੰਦਿਆਂ ਨੂੰ ਜੇ ਵਾਇਰਸ ਹੋਇਆ ਨਾ ਜੀ, ਅਤੇ 4 ਬੰਦੇ ਉਹਨਾਂ ਤੋਂ ਹੋਇਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਵਾਇਰਸ ਹੈਗਾ। ਸੋ ਇਹਦਾ ਮਤਲਬ ਇਹ ਹੈ ਵੀ ਹਰ ਬੰਦਾ ਇਹਦੇ ਵਿੱਚ ਇਹਦਾ ਹਿੱਸਾ ਬਣ ਸਕਦਾ। ਦੂਜੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਜਾਣਨ ਵਾਲੀ ਗੱਲ ਹੈ ਕਿ ਇਟਲੀ ਦੇ ਵਿੱਚ ਹੁਣ ਜਿਹੜਾ ਪਤਾ ਲੱਗਿਆ ਹੈ, ਸਾਊਥ ਕੋਰੀਆ ਤੋਂ ਪਤਾ ਲੱਗਿਆ ਕਿ ਜਿਹੜੇ ਈਵਨ ਨੌਜਵਾਨ ਨੇ, ਟੀਨੇਜਰਸ ਨੇ, ਉਹਨਾਂ ਰਾਹੀਂ ਵੀ ਇਹ ਜਿਹੜੀ ਬਿਮਾਰੀ ਹੈ ਬਹੁਤ ਅੱਗੇ ਫੈਲੀ ਹੈ। ਜੇ ਅਸੀਂ ਇਹ ਸੋਚ ਲਈਏ ਕਿ ਜੀ 65 ਸਾਲ ਤੋਂ ਉੱਪਰ ਦੇ ਬੰਦਿਆਂ ਨੂੰ ਸਿਰਫ ਇਹ ਬਿਮਾਰੀ ਹੁੰਦੀ ਹੈ, ਇਹ ਵੀ ਸਾਡੀ ਇੱਕ ਗਲਤ ਧਾਰਨਾ ਹੈਗੀ ਹੈ, ਇਹ ਮਨ 'ਚੋਂ ਕੱਢ ਦਈਏ। ਸੋ ਵੀਰੋ ਅਤੇ ਭੈਣੋ, ਹੱਥ ਜੋੜ ਕੇ ਬੇਨਤੀ ਹੈ, ਅਸੀਂ ਆਪਣਾ ਵੀ ਧਿਆਨ ਰੱਖੀਏ ਅਤੇ ਅਸੀਂ ਕੌਮੀ ਤੌਰ ਦੇ ਉੱਤੇ ਜਿਸ ਦੇਸ਼ ਦੇ ਅਸੀਂ ਨਾਗਰਿਕ ਹੈਗੇ ਹਾਂ ਉਸ ਦੇਸ਼ ਦੀ ਗੌਰਮੈਂਟ ਵੱਲੋਂ ਜੇ ਕੋਈ ਇੱਦਾਂ ਦੇ ਕਦਮ ਚੁੱਕੇ ਜਾ ਰਹੇ ਨੇ, ਜਾਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, UK ਦੇ ਵਿੱਚ, ਜਾਂ ਇੰਡੀਆ ਦੇ ਵਿੱਚ, ਜਾਂ ਜਿੱਥੇ ਕਿਤੇ ਵੀ ਅਸੀਂ ਰਹਿ ਰਹੇ ਹਾਂ, ਅਸੀਂ ਉਹਨਾਂ ਦੇ ਨਾਲ ਕੰਮ ਕਰੀਏ ਤਾਂ ਕਿ ਇਹ ਜਿਹੜੀ ਬਿਮਾਰੀ ਹੈ ਇਹਨੂੰ ਛੇਤੀ ਤੋਂ ਛੇਤੀ ਸਾਰੇ ਪਾਸਿਓਂ ਛੁਟਕਾਰਾ ਮਿਲ ਸਕੇ ਸਾਰੀ ਦੁਨੀਆ ਨੂੰ। ਸੋ ਇਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਲੋਕਲ ਗਵਰਨਮੈਂਟਸ ਨੇ ਉਹਨਾਂ ਨਾਲ ਕੋਆਪਰੇਟ ਕਰੀਏ। ਜਿਹੜੇ ਖਾਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਜਿਹੜੇ ਸਾਡੇ ਹੈਲਥ ਕੇਅਰ ਵਰਕਰਸ ਨੇ, ਜਿਹੜੇ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੇ ਨੇ, ਨਰਸਿਸ ਨੇ, ਡਾਕਟਰਸ ਨੇ, ਹੁਣ ਕਈ ਕੇਸਿਸ ਇੱਦਾਂ ਨੇ ਜਿਹੜੇ ਵਿਚਾਰੇ ਈਰਾਨ ਦੇ ਵਿੱਚ ਵੀ ਜਿਹੜੇ ਡਾਕਟਰਸ ਪੇਸ਼ੈਂਟਸ ਨੂੰ ਟ੍ਰੀਟ ਕਰਦੇ ਕਰਦੇ ਉਹਨਾਂ ਨੂੰ ਬਿਮਾਰੀ ਚਿਮੜ ਗਈ ਹੈ, ਚਾਈਨਾ ਦੇ ਵਿੱਚ ਹੋਇਆ, ਅਮੈਰੀਕਾ ਦੇ ਵਿੱਚ ਵੀ ਹੁਣ ਕੇਸਿਸ ਆਉਣੇ ਸ਼ੁਰੂ ਹੋ ਗਏ ਨੇ। ਸੋ ਇਸ ਕਰਕੇ ਅਸੀਂ ਉਹਨਾਂ ਲੋਕਾਂ ਦੀ ਵੀ ਜਾਨ ਮੈਨੇ ਜੋਖਮ 'ਚ ਨਾ ਪਾਈਏ ਜਿਹੜੇ ਵਿਚਾਰੇ ਲੋਕਾਂ ਨੂੰ ਟ੍ਰੀਟ ਕਰਕੇ ਲੋਕਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਅਤੇ ਹਿੰਦੁਸਤਾਨ ਦੇ ਵਿੱਚ ਵੀ ਅਤੇ ਬਾਕੀ ਦੇਸ਼ਾਂ ਦੇ ਵਿੱਚ ਮੈਡੀਕਲ ਸਪਲਾਈਜ਼ ਨਹੀਂ ਹੈਗੀਆਂ ਕਿ ਜਿਸ ਤੇਜ਼ੀ ਦੇ ਨਾਲ ਜਿਹੜੀ ਜਿਹੜੀ ਬਿਮਾਰੀ ਵੱਧ ਰਹੀ ਹੈ ਇਹਦਾ ਮੁਕਾਬਲਾ ਕੀਤਾ ਜਾ ਸਕੇ। ਸੋ ਅਸੀਂ ਉਸ ਚੀਜ਼ ਦਾ ਹਿੱਸਾ ਨਾ ਬਣੀਏ, ਉਹਨੂੰ ਹੋਰ ਨਾ ਵਧਾਉਣ ਦੇ ਵਿੱਚ ਆਪਣਾ ਕਿਤੇ ਗਲਤ ਧਾਰਨਾ ਦੇ ਅਧੀਨ ਇੱਦਾਂ ਦੇ ਕਦਮ ਚੁੱਕੀਏ। ਸੋ ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਇਸ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਸਹੀ ਕਦਮ ਚੁੱਕੋ ਅਤੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਓਪੀਨੀਅਨ ਲੈ ਕੇ ਅਸੀਂ ਸਹੀ ਫੈਸਲੇ ਕਰੀਏ। ਮੈਂ ਅਖੀਰ ਦੇ ਵਿੱਚ ਫਿਰ ਦੁਬਾਰਾ ਇਹ ਰਿਪੀਟ ਕਰਨਾ ਚਾਹੁੰਦਾ, ਇੱਕ ਜਿਹੜਾ ਵਾਕਿਆਤ ਸਾਡੇ ਹਿਸਟਰੀ ਦੇ ਵਿੱਚ ਹੋਇਆ, ਭਾਈ ਮਨੀ ਸਿੰਘ ਜੀ ਹੈੱਡ ਗ੍ਰੰਥੀ ਸੀਗੇ ਦਰਬਾਰ ਸਾਹਿਬ ਦੇ, ਉਹਨਾਂ ਨੇ ਮਨ ਦੇ ਵਿੱਚ ਇਹ ਸੁਪਨਾ ਸੀਗਾ ਕਿ ਸਾਰੇ ਸਿੱਖ ਪੰਥ ਨੂੰ ਇਕੱਠਾ ਕਰਕੇ ਇੱਕ ਦੀਵਾਲੀ ਦਾ ਜਿਹੜਾ ਪ੍ਰੋਗਰਾਮ ਹੈ ਦਰਬਾਰ ਸਾਹਿਬ ਵਿੱਚ ਕੀਤਾ ਜਾਵੇ। ਜ਼ਕਰੀਆ ਖਾਨ ਦੇ ਨਾਲ ਨੈਗੋਸ਼ੀਏਸ਼ਨਸ ਹੋਈਆਂ, ਜ਼ਕਰੀਆ ਖਾਨ ਉਸ ਵੇਲੇ ਪੰਜਾਬ ਦਾ ਗਵਰਨਰ ਸੀਗਾ, ਉਹਨੇ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਪਰ ਨਾਲ ਕਿਹਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਨੇ, ਅਤੇ ਭਾਈ ਮਨੀ ਸਿੰਘ ਜੀ ਨੇ ਉਹ ਸਾਰਾ ਅਗਰੀ ਕਰਕੇ ਉਹ ਜਿਹੜਾ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ, ਸਾਰੀਆਂ ਚਿੱਠੀਆਂ ਭੇਜ ਦਿੱਤੀਆਂ ਗਈਆਂ। ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਜ਼ਕਰੀਆ ਖਾਨ ਦਾ ਤਾਂ ਮਨਸੂਬੇ ਕੁਛ ਹੋਰ ਨੇ, ਉਹਦਾ ਪਲਾਨ ਸੀ ਵੀ ਜਦੋਂ ਸਿੱਖ ਇਕੱਠੇ ਹੋਣਗੇ, ਸਾਰੇ ਸਿੰਘ ਆਉਣਗੇ, ਉਹਨਾਂ ਦੇ ਅਟੈਕ ਕਰਕੇ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਜਾਊਗਾ। ਭਾਈ ਮਨੀ ਸਿੰਘ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਖੁਦ ਚਿੱਠੀਆਂ ਲਿਖ ਕੇ ਹੁਕਮਨਾਮੇ ਭੇਜ ਕੇ ਸਾਰੇ ਲੋਕਾਂ ਨੂੰ ਕਿਹਾ ਕਿ ਇਸ ਦੀਵਾਲੀ ਦੇ ਮੌਕੇ 'ਤੇ ਕੋਈ ਇਕੱਠ ਨਾ ਕੀਤਾ ਜਾਵੇ, ਕੋਈ ਦਰਬਾਰ ਸਾਹਿਬ ਨਾ ਆਵੇ, ਕਿਉਂਕਿ ਸਾਰਿਆਂ ਦੀ ਜਾਨ ਨੂੰ ਖਤਰਾ ਹੈ, ਸਾਰੇ ਉੱਥੇ ਇਸ ਅਟੈਕ ਦੇ ਅਧੀਨ ਆ ਸਕਦੇ ਨੇ। ਸੋ ਮੈਨੂੰ
ਮੈਂ ਇਹ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਜੇ ਇਸ ਗੱਲ ਨੂੰ ਅਹਿਸਾਸ ਕੀਤਾ ਸੀ, ਐਡਾ ਵੱਡੇ ਮਹਾਨ ਸ਼ਹੀਦ ਨੇ, ਕਿ ਜੇ ਸਾਰੇ ਸਿੱਖ ਪੰਥ ਨੂੰ, ਖਾਲਸਾ ਪੰਥ ਨੂੰ ਜਾਣ ਦਾ ਖਤਰਾ ਸੀ ਅਤੇ ਉਹਨਾਂ ਨੇ ਉੱਥੇ ਲੋਕਾਂ ਨੂੰ ਆਉਣ ਤੋਂ ਮਨ੍ਹਾ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਫਿਰ ਸ਼ਹੀਦੀ ਦੇਣੀ ਪਈ। ਸੋ ਕਹਿਣ ਦਾ ਮਤਲਬ ਇਹ ਹੈ ਵੀਰੋ ਅਤੇ ਭੈਣੋ, ਅਸੀਂ ਇਤਿਹਾਸ ਗਵਾਹ ਹੈ, ਜਦੋਂ ਅਜਿਹੀ ਕੋਈ ਮੁਸੀਬਤ ਦੀ ਸਿਚੁਏਸ਼ਨ ਬਣਦੀ ਹੈ ਸਾਨੂੰ ਸਹੀ ਫੈਸਲਾ ਕਰਨਾ ਚਾਹੀਦਾ ਹੈ, ਓਵਰਆਲ ਸਾਡੇ ਕੌਮ ਦੇ ਲਈ, ਲੋਕਾਂ ਦੀ ਜਿਹੜੇ ਉੱਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੀ ਸੇਫਟੀ ਲਈ, ਜਿਹੜੇ ਉੱਥੇ ਸੇਵਾਦਾਰ ਕੰਮ ਕਰ ਰਹੇ ਨੇ ਉਹਨਾਂ ਦੀ ਸੇਫਟੀ ਅਤੇ ਸਿਕਿਉਰਿਟੀ ਲਈ, ਅਤੇ ਅਸੀਂ ਇਹ ਵੀ ਨਾ ਇਹੋ ਜਿਹਾ ਮੌਕਾ ਬਣਾਈਏ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਬੰਦਾ ਮੱਥਾ ਟੇਕਣ ਆਵੇ ਅਤੇ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਵੇ। ਦੱਸੋ ਇੱਕ ਬੰਦਾ ਵੀ ਜੇ ਕਲੇਮ ਹੋ ਜਾਵੇ ਕਿ ਜੀ ਉਹ ਦਰਬਾਰ ਸਾਹਿਬ ਗਿਆ ਸੀਗਾ ਅਤੇ ਉਹਦੇ ਕਰਕੇ ਉਹਨੂੰ ਬਿਮਾਰੀ ਹੋ ਗਈ, ਅਤੇ ਉਹ ਕਿੰਨੀ ਕੁ ਸਾਡੇ ਲਈ ਮਾੜੀ ਗੱਲ ਹੈਗੀ ਹੈ। ਸੋ ਇਸ ਕਰਕੇ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਬੇਨਤੀ ਹੈ, ਜੇ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਹਾਹਾਕਾਰ ਮੱਚੀ ਹੋਈ ਹੈ, ਹੱਥਾਂ ਪੈਰਾਂ ਦੀ ਬਣੀ ਹੋਈ ਹੈ, ਲੋਕਾਂ ਦੀਆਂ ਜੋਬਸ ਚਲੀਆਂ ਗਈਆਂ ਨੇ, ਇਕਨੋਮਿਕ ਸਿਕਿਉਰਿਟੀ ਜਾ ਰਹੀ ਹੈ, ਕੰਪਨੀਆਂ ਅਤੇ ਕੰਪਨੀਆਂ ਬੰਦ ਹੋ ਗਈਆਂ ਨੇ, ਅਮਰੀਕਾ ਦੇ ਵਿੱਚ ਜਿਹੜੀਆਂ ਸਭ ਤੋਂ ਮੋਸਟ ਪਾਪੂਲੇਟਡ ਸਟੇਟਸ ਨੇ, ਨਿਊਯਾਰਕ ਹੈ, ਕੈਲੀਫੋਰਨੀਆ ਹੈ, ਇਲਨੋਏ, ਤਕਰੀਬਨ 80 ਤੋਂ 90 ਮਿਲੀਅਨ ਲੋਕ, 1/3 ਆਫ ਅਮੈਰੀਕਾ ਦੀ ਪਾਪੂਲੇਸ਼ਨ ਨੂੰ ਆਰਡਰ ਕਰ ਦਿੱਤਾ ਗਿਆ ਕਿ ਆਪਣੇ ਘਰੋਂ ਬਾਹਰ ਨਹੀਂ ਨਿਕਲਣਾ। ਸੋ ਤੁਸੀਂ ਇਹ ਦੇਖੋ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਇਹੀ ਹੋਣ ਜਾ ਰਿਹਾ ਹੈਗਾ, ਅਤੇ ਅਗਲੇ ਆਉਣ ਸਾਲ ਵਾਲੇ ਸਮੇਂ ਦੇ ਵਿੱਚ ਕਰਫਿਊ ਵੀ ਲੱਗ ਜਾਣਾ ਹੈਗਾ। ਸੋ ਇਹਨਾਂ ਮੌਕਿਆਂ ਦੇ ਵਿੱਚ ਕੀ ਸਾਡਾ ਫੈਸਲਾ ਹੋਣਾ ਚਾਹੀਦਾ ਕਿ ਅਸੀਂ ਕਹੀਏ ਨਹੀਂ, ਅਸੀਂ ਤਾਂ ਗੁਰਦੁਆਰਾ ਸਾਹਿਬ ਖੁੱਲ੍ਹੇ ਰੱਖਣੇ ਹਾਂ ਜੀ, ਜਿਹੜਾ ਮਰਜ਼ੀ ਆਵੇ ਜੀ ਮੱਥਾ ਟੇਕ ਜੀ, ਅਸੀਂ ਉਹ ਸਫਾਈ ਰੱਖਾਂਗੇ। ਸਫਾਈ ਨਹੀਂ ਰੱਖੀ ਜਾ ਸਕਦੀ, ਸਾਡੇ ਨਾ ਗ੍ਰੰਥੀਆਂ ਦੀ ਕੋਈ ਟ੍ਰੇਨਿੰਗ ਹੈ, ਨਾ ਸਾਡੇ ਉੱਥੇ ਸੇਵਾਦਾਰਾਂ ਦੀ ਕੋਈ ਟ੍ਰੇਨਿੰਗ ਹੈ, ਨਾ ਹੀ ਤੁਹਾਡੇ ਕੋਲ ਅਜਿਹੀ ਕੋਈ ਕੰਪਨੀ ਹੋਏਗੀ ਜਿਹਨੂੰ ਤੁਸੀਂ ਹਾਇਰ ਭਾੜੇ 'ਤੇ ਲਿਆ ਕੇ ਰੱਖੋਗੇ ਕਿ ਜੀ ਹਰ 10 ਮਿੰਟ ਬਾਅਦ, ਇੱਥੇ 1 ਘੰਟੇ ਬਾਅਦ ਸਫਾਈ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ। ਹਰ ਬੰਦੇ ਨੇ ਜਦੋਂ ਉੱਥੇ ਲੰਘ ਕੇ ਜਾਣਾ ਉਹਦੇ ਬਾਅਦ ਸਫਾਈ ਕਰਨ ਦੀ ਲੋੜ ਹੈ, ਤੁਹਾਡੇ ਕੋਲ ਕਪੈਸਿਟੀ ਨਹੀਂ ਹੈਗੀ ਹੈ, ਅਤੇ ਕਿੰਨੇ ਕਿੱਥੋਂ ਲਿਆਉਂਗੇ ਸਾਰਾ ਇਕਿਪਮੈਂਟ, ਕਿੱਥੋਂ ਲਿਆਉਂਗੇ ਸਾਰੇ ਬੰਦੇ ਜਿਹੜੇ ਇੱਦਾਂ ਦੇ ਕੰਮ ਕਰਨਗੇ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਆਪਾਂ ਸਾਰਿਆਂ ਦੀ ਸੇਫਟੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜ਼ਰੂਰੀ ਬਣਾਈਏ ਕਿ ਇਸ ਵੇਲੇ ਸਾਰੇ ਲੋਕਾਂ ਨੂੰ ਅਪੀਲ ਕਰੀਏ ਕਿ ਆਪਣੇ ਘਰਾਂ 'ਚ ਰਹੋ, ਅਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਗੁਰਬਾਣੀ ਦੀ ਪਾਠ ਦੀ ਗੁੜਤੀ ਦਿਓ, ਉਹਨਾਂ ਲਈ ਉਹਨਾਂ ਨੂੰ ਸਾਖੀਆਂ ਸੁਣਾਓ, ਜਿਹੜੇ ਬਜ਼ੁਰਗ ਨੇ ਉਹਨਾਂ ਲਈ ਵੀ ਆਪਣਾ ਕੁਛ ਨਾ ਕੁਛ ਇਹੋ ਜਿਹਾ ਪ੍ਰਬੰਧ ਕਰੀਏ ਕਿ ਉਹਨਾਂ ਦੇ ਮਨ ਦੇ ਵਿੱਚ ਚੜ੍ਹਦੀ ਕਲਾ ਦੀ ਜਿਹੜੀ ਭਾਵਨਾ ਬਣੀ ਰਹੇ। ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖੀਏ ਅਤੇ ਸਾਡੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖੀਏ, ਇਹੀ ਸਭ ਤੋਂ ਵੱਡੀ ਸਾਡੀ ਇਸ ਵੇਲੇ ਕੰਟਰੀਬਿਊਸ਼ਨ ਹੋਊਗੀ। ਮੈਂ ਗੱਲ ਕਾਫੀ ਲੰਬੀ ਕਰ ਦਿੱਤੀ ਹੈ, ਪਰ ਇਹ ਬੜੀਆਂ ਜ਼ਰੂਰੀ ਬੇਨਤੀਆਂ ਨੇ, ਅਤੇ ਹੋਰ ਵੀ ਜਿਹੜੇ ਤੱਥ ਨੇ ਜਿਹੜੇ ਹੁਣ ਨਵੇਂ ਨਵੇਂ ਆ ਰਹੇ ਨੇ ਇਹ ਅਗਲੀ ਵੀਡੀਓ ਦੇ ਵਿੱਚ ਆਪ ਜੀ ਨਾਲ ਜ਼ਰੂਰ ਸਾਂਝੇ ਕਰਾਂਗੇ। ਪਰ ਹੁਣ ਤੱਕ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਐਤਵਾਰ ਦਾ ਪੁਰਬ ਹੈਗਾ, ਘੱਟ ਤੋਂ ਘੱਟ ਆਪਾਂ ਘਰਾਂ 'ਚੋਂ ਬਾਹਰ ਨਿਕਲੀਏ। ਗੁਰੂ ਮਹਾਰਾਜ, ਗੁਰੂ ਸਾਹਿਬ ਜੀ ਨੇ ਬਾਰ ਬਾਰ ਕਿਹਾ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰੂ ਮਹਾਰਾਜ ਹਾਜ਼ਰ ਨਾਜ਼ਰ, ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਹਾਜ਼ਰ ਨਾਜ਼ਰ ਹੋ, ਤੁਸੀਂ ਸਾਡੇ ਨਾਲ ਹਮੇਸ਼ਾ ਹੈਗੇ ਹੋ। ਇਸ ਕਰਕੇ ਇਹਨਾਂ ਸਮਿਆਂ ਦੇ ਵਿੱਚ ਜਦੋਂ ਸਿੱਖਾਂ ਨੂੰ ਉਦੋਂ ਮੁਸੀਬਤਾਂ ਹੁੰਦੀਆਂ ਸੀ, ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਸ ਵੇਲੇ ਤਾਂ ਸਿੱਖ ਅਰਦਾਸ ਕਰਕੇ ਗੁਰੂ ਦੇ ਨਾਲ ਜੁੜਦੇ ਸੀਗੇ, ਉਹਨਾਂ ਨੇ ਉਹਨਾਂ ਦੀ ਕਿਤੇ ਘੱਟ ਸਿੱਖੀ ਸੀਗੀ ਉਸ ਪੱਖੋਂ। ਸੋ ਇਸ ਕਰਕੇ ਇਹਨਾਂ ਮੌਕਿਆਂ ਦੇ ਵਿੱਚ ਅਸੀਂ ਸਹੀ ਤਰੀਕੇ ਦੇ ਨਾਲ ਦੇਖੀਏ ਕਿ ਸਾਡਾ ਜਿਹੜਾ ਪਰਮਾਤਮਾ ਦੇ ਨਾਲ ਰਿਸ਼ਤਾ ਵੀ ਬਣਿਆ ਰਹੇ, ਗੁਰੂ ਦੇ ਨਾਲ ਸਾਡੀ ਸ਼ਰਧਾ ਵੀ ਬਣੀ ਰਹੇ, ਅਤੇ ਅਸੀਂ ਜਿਹੜਾ ਆਲੇ ਦੁਆਲੇ ਨੂੰ ਵੀ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਨਾ ਪਾਈਏ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਗੋਚਰੇ ਰੱਖ ਕੇ ਸਹੀ ਫੈਸਲੇ ਕਰਨੇ ਅਤੇ ਸਹੀ ਕਦਮ ਚੁੱਕਣੇ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।